ਯੂਐਸ ਦੇ ਹਾਊਸ ਨੇ ਜੀਓਪੀ ਦਾ ਜਿਹੜਾ ਬਿੱਲ ਆ ਡੈਪਥ ਲਿਮਿਟ ਵਾਲਾ ਬਿੱਲ ਉਹ ਕਾਂਗਰਸ ਦੇ ਵਿੱਚ ਪਾਸ ਕਰ ਦਿੱਤਾ ਹੈਗਾ ਸੋ ਇਸ ਦੇ ਵਿੱਚ 217 ਵੋਟਾਂ ਹੱਕ ਦੇ ਵਿੱਚ ਪਈਆਂ 215 ਆਪੋਜੀਟ ਪਈਆਂ ਅਲੋਂਗ ਦਾ ਪਾਰਟੀ ਲਾਈਨਸ ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਨੂੰ ਡਿਸਕਸ ਕੀਤਾ ਸੀ ਕਿ ਕਿਸ ਤਰ੍ਹਾਂ ਇਸ ਬਿੱਲ ਦੇ ਵਿੱਚ ਇਨਕਲੂਡ ਕੀਤਾ ਗਿਆ ਵੀ ਜਿਹੜੇ ਲੋਕ ਮੈਡੀਕੇਅਰ ਜਾਂ ਮੈਡੀਕਲ ਜਿਹੜੀ ਫ੍ਰੀ ਜਾਂ ਸਨੈਪ ਪ੍ਰੋਗਰਾਮ ਲੈਂਦੇ ਆ ਉਹਨਾਂ ਨੂੰ ਕੰਮ ਕਰਨਾ ਪਊਗਾ ਕੁਝ ਘੰਟੇ ਤਾਂ ਹੀ ਉਹ एलिਜੀਬਲ ਹੋਣਗੇ ਪਰ ਤੇ ਨਾਲ ਦੀ ਨਾਲ 14% ਘਟ ਜੋ ਗਵਰਨਮੈਂਟ ਸਪੈਂਡਿੰਗ ਆ ਉਹਦੇ ਵਿੱਚ ਹੈਗਾ ਆ ਸੋ ਲੱਗਦਾ ਨਹੀਂ ਪ੍ਰੈਜ਼ੀਡੈਂਟ ਵਾਈਡਨ ਉਹਨਾਂ ਨੇ ਇਹ ਕਿਹਾ ਹੀ ਆ ਵੀ ਮੈਂ ਇਹਨੂੰ ਬੀਟੋ ਕਰੂੰਗਾ ਪਰ ਹਜੇ ਸੈਨੇਟ ਜਾਣਾ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਦੀ ਮжоਰਿਟੀ ਆ ਸੋ ਸ਼ੁਰੂਆਤ ਜਿਹੜੀ ਹੋਈ ਹੈਗੀ ਆ ਕਾਹਾਂ ਦੇਖਦੇ ਵੀ ਕੀ ਨੇਗੋਸ਼ੀਏਸ਼ਨ ਹੁੰਦੀ ਆ ਜੀ ਜਿਹੜੇ ਮਕਰਤੀ ਉਹਨਾਂ ਨੇ ਕਿਹਾ ਵੀ ਇਹ ਬਿਲ ਪਾਸ ਹੋ ਤਾਂ ਬਾਅਦ ਚ ਹੁਣ ਜਿਹੜੇ ਬਾਈਡਨ ਹੁਣੀ ਆ ਉਹਨਾਂ ਨੂੰ ਇਸ ਵਿੱਚ ਨੇਗੋਸ਼ੀਏਟ ਕਰਨਾ ਹੀ ਪਊਗਾ ਇਹੋ ਹੀ ਰਿਪਬਲਿਕਨਸ ਆ ਜਿਨ੍ਹਾਂ ਨੇ 트럼ਪ ਪ੍ਰੈਜ਼ੀਡੈਂਸੀ ਦੇ ਵਿੱਚ ਵਿਦਾਊਟ ਐਨੀ ਕੰਡੀਸ਼ਨਸ ਜਿਹੜੀ ਡੈਟ ਲਿਮਿਟ ਹੈ ਉਸ ਨੂੰ ਵਧਾਉਣ ਦੇ ਵਿੱਚ ਹਮੇਸ਼ਾ ਹਾਂ ਕੀਤੀ ਉਸ ਟਾਈਮ ਦੇ ਉੱਤੇ ਡੈਮੋਕ੍ਰੇਟਸ ਵੀ ਇਸ ਦੇ ਵਿੱਚ ਹਾਂ ਕਰਦੇ ਰਹੇ ਵੀ ਮੁਲਕ ਦੀ ਇਕਨੋਮਿਕ ਸਟੈਂਡਿੰਗ ਆ ਡਿਫਾਲਟ ਵਾਲੇ ਪਾਸੇ ਨੂੰ ਜਿਹੜਾ ਉਹ ਨਾ ਹੋ ਜਵੇ ਇਹ ਨਵੇਂ ਅਲਟੀਮੇਟਮਸ ਦੇ ਨਾਲ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ 31 ਟ੍ਰਿਲੀਅਨ ਡਾਲਰ ਤੱਕ ਜਿਹੜਾ ਡਾਟਾ ਉਸ ਪਾਸੇ ਵੱਲ ਨੂੰ ਵੱਧ ਜਾਵੇਗਾ ਅਗਲੀ ਜਿਹੜੀ ਹਰਜਨ ਸਿੰਘ ਜੀ ਗੱਲ ਕਰਦੇ ਚਾਹੀਏ ਤਾਂ ਕੈਲੀਫੋਰਨੀਆ ਤੋਂ ਅਗਲੀ ਜਿਹੜੀ ਖਬਰ ਆ ਰਹੀ ਆ ਡਿਸਟ੍ਰਿਕਟ ਅਟਾਰਨੀ ਕੈਲੀਫੋਰਨੀਆ ਦੀ ਜਿਹੜੀ ਇੱਕ ਜਿਹੜੇ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਜਿਹੜੇ ਆ ਉਹ ਕੋਵਿਡ ਫੰਡ ਨੂੰ ਅਬਿਊਜ਼ ਕਰਨ ਦੇ ਲਈ ਜਿਹੜੇ ਖਾਸ ਕਰਕੇ ਵਿਦਿਆਰਥੀਆਂ ਦੇ ਬੈਕ ਦੇ ਵਿੱਚ ਸਕੂਲ ਦੇ ਵਿੱਚ ਹੋਇਆ ਹੈ ਉਸ ਨੂੰ ਲੈ ਕੇ ਆਪਾਂ ਸੈਨ ਮਕੀਨ ਕਾਉਂਟੀ ਵਾਲਾ ਜ਼ਿਕਰ ਕੀਤਾ ਹੀ ਸੀ ਉਸੇ ਦੇ ਵਿੱਚ ਜਿਹੜੇ ਹੁਣ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਉਹ ਡਿਸਟ੍ਰਿਕਟ ਅਟਰਨੀ ਜਿਹੜੇ ਰੌਨ ਫਰੇਟਸ ਉੱਥੇ ਦੇ ਆ ਉਹਨਾਂ ਦੇ ਨਾਲ ਇੱਕ ਸਾਹ ਦੇ ਨਾਲ ਸਿੰਘ ਜਿਹੜੇ ਉਹ ਫਸ ਰਹੇ ਆ ਸੋ ਉਹਨਾਂ ਨੇ ਆਲਰੇਡੀ ਪ੍ਰੋਬ ਜਾਂਚ ਜਿਹੜੀ ਆ ਇਸ ਦੇ ਆਦੇਸ਼ ਦਿੱਤੇ ਹੈਗੇ ਆ ਵੀ ਆ ਇਸ ਮਾਮਲੇ ਵਿੱਚ ਨਿਆਣਿਆਂ ਦੇ ਲਈ ਮਿਲੇ ਜਿਹੜੇ ਕੋਵਿਡ ਦੇ ਰਾਸ਼ੀ ਸੀ ਉਸ ਨੂੰ ਇਹਨਾਂ ਨੇ ਕਿਹੜੇ ਕਿਹੜੇ ਪਾਸੇ ਜਿਹੜਾ ਆ ਉਹ ਯੂਜ਼ ਕਰ ਲਿਆ ਆ ਸੋ ਇਹ ਇੱਕ ਜਿਹੜਾ ਹਰਜੋਸੀ ਜੀ ਇੱਕ ਸਕੂਲ ਡਿਸਟ੍ਰਿਕਟ ਦੀ ਚੀਜ਼ ਸਾਹਮਣੇ ਆਈ ਆ ਵੀ ਇਦਾਂ ਕਈ ਔਦੇ ਉੱਤੇ ਵੀ ਹੋਵੇ 7.5 ਮਿਲੀਅਨ ਡਾਲਰ ਦਾ ਜਿਹੜਾ ਇੱਕ ਕੰਟਰੈਕਟ ਆ ਉਹ ਇਸ ਪੂਰੇ ਪਵਾੜੇ ਦੀ ਜੜ੍ਹ ਇਸ ਟਾਈਮ ਜਿਹੜਾ ਉਹ ਬਣ ਰਿਹਾ ਆ ਆਈਏਕਯੂ ਡਿਸਟ੍ਰੀਬਿਊਸ਼ਨ ਇਨਕ ਦੇ ਨਾਲ ਇੱਕ ਕੈਲੀਫੋਰਨੀਆ ਬੇਸਡ ਇੰਡੋਰ 에ਅਰ ਕੁਆਲਿਟੀ ਪ੍ਰੋਵਾਈਡਰ ਆ ਤੇ ਇਸੇ ਦੇ ਨਾਲ ਇਸ ਸੰਬੰਧਿਤ ਜਿਹੜੇ ਡਿਸਟ੍ਰਿਕਟ ਟਰਨੀ ਬਣ ਰਹੇ ਆ ਵੀ ਜਿਹੜੀ ਫੈਡਰਲ ਕੋਵਿਡ ਰਿਲੀਫ ਮਨੀ ਆ ਉਸ ਨੂੰ ਮਿਸਯੂਜ਼ ਕੀਤਾ ਹੋ ਸਕਦਾ ਹੈ